ਜੀ ਮਨਕੀਰਤ ਔਲਖ ਦੀ ਆਵਾਜ਼ ਦੇ ਵਿੱਚ ਇਹ ਗੀਤ ਤੇ ਹੁਣ ਜੱਜਿਸ ਤੋਂ ਪੁੱਛਦੇ ਆ ਕਿ ਇਹ ਗੀਤ ਕਿਹੋ ਜਿਹਾ ਲੱਗਿਆ ਉਹਨਾਂ ਨੂੰ। ਸ਼ੁਰੂਆਤ ਕਰਦੇ ਆ ਜੀ ਬੀਰ ਸਿੰਘ ਜੀ ਤੋਂ। ਯਾਰ ਰੋਹਿਤ, ਹਾਂਜੀ ਸਰ, ਜਦੋਂ ਤੂੰ ਉੱਥੇ ਹੁੰਦਾ ਨਾ ਐ ਚੁੱਪ ਸ਼ਾਂਤ ਘੁੱਗੂ ਜਿਹਾ ਬਣ ਕੇ ਬੈਠਾ ਰਹਿਣਾ, ਲੱਗਦਾ ਨਹੀਂ ਵੀ ਇਹ ਬੰਦਾ ਕੋਈ ਗੱਲ ਵੀ ਕਰ ਸਕਦਾ। ਇੱਥੇ ਆ ਕੇ ਗਾਉਣਾ ਤਾਂ ਪਟਾਕੇ ਪਾ ਦੇਣਾ, ਐਕਸਪ੍ਰੈਸ਼ਨਸ ਵੀ, ਫਿਰ ਨੱਚਣਾ ਵੀ, ਫਿਰ ਨਖਰੇ ਵੀ, ਫਿਰ ਤੇਰਾ ਸੁਰ ਵੀ, ਗੱਲ ਕਹਿਣ ਦਾ ਅੰਦਾਜ਼ ਵੀ, ਅੱਖਰਾਂ ਨੂੰ ਬੋਲਣ ਦਾ ਤੇਰਾ ਸਟਾਈਲ ਵੀ, ਸਾਰਾ ਕੁਛ ਪਰਫੈਕਟ ਸੀਗਾ ਯਾਰ। ਜਿਹਨੂੰ ਕਹਿੰਦੇ ਨੇ ਕਿ ਮਾਸਾ ਜੀ ਕਮੀ, ਨਹੀਂ ਤਾਂ ਬਸ ਤੈਨੂੰ ਧਾਕੜ ਪਰਫਾਰਮੈਂਸ ਮਿਲ ਜਾਣੀ ਸੀ ਅੱਜ ਯਾਰ। ਰੋਹਿਤ, ਦੋ ਤਰ੍ਹਾਂ ਦੇ ਪਰਫਾਰਮੈਂਸ ਹੁੰਦੇ, ਇੱਕ ਹੁੰਦਾ ਐਫਰਟਲੈਸ ਪਰਫਾਰਮੈਂਸ, ਇੱਕ ਹੁੰਦਾ ਤੁਸੀਂ ਸੋਚ ਸੋਚ ਕੇ ਗਾਉਂਦੇ ਹੋ ਕਿ ਵੀ ਮੇਰੇ ਤੋਂ ਕੁਝ ਗਲਤੀ ਨਾ ਹੋ ਜਾਵੇ। ਸੋ ਜੋ ਗੱਲ ਕਮਲ ਨੇ ਕਹੀ ਹੈ ਕਿ ਹੋਰ ਇਨਵੋਲਵ ਹੋ ਕੇ, ਉਹਦਾ ਮਤਲਬ ਇਹੀ ਹੈ ਕਿ ਇੱਕ ਨੈਚੁਰਲ ਫਲੋ ਦੇ ਨਾਲ ਗਾਣਾ ਆਉਣਾ ਚਾਹੀਦਾ। ਤੁਸੀਂ ਇਹ ਨਹੀਂ ਕਿ ਤੁਸੀਂ ਇਹ ਸੋਚ ਰਹੇ ਹੋ ਕਿ ਅੱਛਾ ਅਗਲੀ ਲਾਈਨ ਕੀ ਹੈ, ਮੇਰੇ ਤੋਂ ਇਹ ਗਲਤੀ ਨਾ ਹੋ ਜਾਏ ਮੇਰੇ ਤੋਂ, ਹੈ ਨਾ। ਤੁਸੀਂ ਬੁਰਾ ਨਹੀਂ ਗਾਇਆ, ਮੇਰੇ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਮਾੜਾ ਗਾਇਆ, ਤੁਸੀਂ ਬਹੁਤ ਸੋਹਣਾ ਗਾਇਆ। ਲੇਕਿਨ ਉਹ ਚੀਜ਼ ਜੇ ਨਾਲ ਇੱਕ ਚੀਜ਼ ਹੋਰ ਐਡ ਹੋ ਜਾਏਗੀ ਨਾ, ਅਤੇ ਜਿੰਨਾ ਵਧੀਆ ਹੁਣ ਗਾਇਆ ਇਸ ਤੋਂ ਡਬਲ ਵਧੀਆ ਲੱਗੇਗਾ। ਟਰਾਈ ਕਰਕੇ ਦੇਖਣਾ ਅਗਲੀ ਵਾਰ, ਠੀਕ ਹੈ? ਗੋਡ ਬਲੈਸ ਯੂ। ਥੈਂਕ ਯੂ ਭਾਜੀ। ਸਾਡੇ ਸੈਲੀਬ੍ਰਿਟੀ ਗੈਸਟ ਸੁਖੀ ਜੀ, ਬਹੁਤ ਵਧੀਆ ਪਰਫਾਰਮੈਂਸ, ਬਹੁਤ ਵਧੀਆ ਸਮਾਈਲ ਵੀ ਆ। ਥੈਂਕ ਯੂ ਸਰ। ਬਹੁਤ ਬਹੁਤ ਜ਼ਿਆਦਾ ਕੌਨਫੀਡੈਂਸ ਸੀਗਾ, ਠੀਕ ਹੈ? ਜਿਹੜਾ ਤੁਹਾਡਾ ਇੱਕ ਅੰਦਾਜ਼ ਆ, ਚੁੱਪ ਕਰਕੇ ਖੜ੍ਹੇ ਹੋਏ ਹੋ, ਉਹ ਵੀ ਬਹੁਤ ਕਿਊਟ ਲੱਗਦਾ। ਕਈ ਵਾਰੀ ਕਹਿੰਦੇ ਨੇ ਕਿ ਪਰਫਾਰਮੈਂਸ ਕਰਨੀ ਚਾਹੀਦੀ ਆ, ਪਰ ਮੈਨੂੰ ਲੱਗਦਾ ਕਿ ਜਿਹੜੀ ਤੁਹਾਡੀ ਆਪਣੀ ਇੱਕ ਸਟਾਈਲ ਹੈ ਨਾ, ਇਹ ਉਹੀ ਬਹੁਤ ਵਧੀਆ ਆ। ਥੈਂਕ ਯੂ ਸਰ। ਕੀ ਗੱਲ ਆ, ਇੰਨੀ ਮਤਲਬ ਇੰਨੀ ਧਾਕੜ ਪਰਫਾਰਮੈਂਸ, ਕਿਤੇ ਅਮਲ ਦੁੱਧ ਪੀ ਕੇ ਆਏ ਹੋ? ਹਾਂਜੀ, ਬਹੁਤ ਵਧੀਆ। ਥੈਂਕ ਯੂ ਸਰ।